ਪੰਜਾਬੀ ਰੀਡਰ 7A 2020 ਐਡੀਸ਼ਨ ਲੈਸਨ 13 ਵਿੱਚ ਤੁਹਾਨੂੰ ਜੀ ਆਇਆਂ ਨੂੰ ਪਿਛਲੇ ਪਾਠ ਵਿੱਚ ਅਸੀਂ ਬਾਬਾ ਬੁੱਢਾ ਦੀ ਜੀਵਨੀ ਬਾਰੇ ਪੜਿਆ ਸੀ ਕਿ ਉਹਨਾਂ ਦਾ ਗੁਰੂ ਨਾਨਕ ਦੇਵ ਜੀ ਨਾਲ ਕਿਸ ਤਰ੍ਹਾਂ ਮਿਲਾਪ ਹੋਇਆ ਅੱਜ ਦੇ ਪਾਠ ਵਿੱਚ ਅਸੀਂ ਪੜਾਂਗੇ ਕਿ ਗੁਰੂ ਪਿਆਰੇ ਮਹਾਪੁਰਖ ਬਾਬਾ ਬੁੱਢਾ ਜੀ ਨੇ ਸਾਨੂੰ ਕੀ ਦਿੱਤਾ ਅਸੀਂ ਉਹਨਾਂ ਨੂੰ ਕਿਉਂ ਯਾਦ ਕਰਦੇ ਹਾਂ ਇਸ ਪਾਠ ਵਿੱਚ ਆਏ ਔਖੇ ਸ਼ਬਦ ਪੜ੍ਹਨੇ ਅਤੇ ਇਹਨਾਂ ਦੇ ਮਤਲਬ ਸਿੱਖੋ ਬੌਲੀ ਸੋ ਬੌਲੀ ਇਸ ਅ ਸਮਾਲ ਵੈਲ ਵਿਦ ਸਟੈਪਸ ਥੈਟ ਗੋ ਡਾਊਨ ਪੈਲਾ ਟੱਕ ਫਰਸਟ ਕੱਟ ਔਰ ਮਾਰਕ ਸੰਪੂਰਨ ਕੰਪਲੀਟ ਸੁੱਤੇ ਚਿਹਰੇ 슬ੀਪਿੰਗ ਫੇਸਸ ਤੁਰਦੇ ਫਿਰਦੇ ਵਾਕਿੰਗ ਅਰਾਊਂਡ ਸੋ ਦਿਸ ਵਨ ਇਜ਼ ਰਿਮੈਂਬਰ ਦੋਸ ਵਰਡ ਪੇਅਰਸ ਵੀ ਲਰਨਡ ਲਾਸਟ ਟਾਈਮ ਔਲਸ ਰੋਹਾਨੀ ਨੂਰ ਡਿਵਾਈਨ ਲਾਈਟ ਪਿੱਛੇ ਹੋ ਗਏ ਸਟੈਪਡ ਬੈਕ ਦਗਦਗ ਕਰਦਾ ਸ਼ਾਈਂਡ ਵਿਦ ਰੇਡੀਅੰਸ ਲਿਖਤ ਰਾਈਟਿੰਗ ਅੱਖਾਂ ਟਿਕ ਗਈਆਂ ਆਈਜ਼ ਵਰ ਫਿਕਸੇਟਿਡ ਪੰਜਾਬੀਆਂ ਅਤੇ ਸਿੱਖਾਂ ਦੇ ਇਤਿਹਾਸ ਵਿੱਚ ਬਾਬਾ ਬੁੱਢਾ ਜੀ ਵਰਗਾ ਸ਼ਾਇਦ ਕੋਈ ਦੂਸਰਾ ਨਹੀਂ ਉੱਚਾ ਸੁੱਚਾ ਮਹਾਂਪੁਰਖ ਜਿਨ੍ਹਾਂ ਨੇ ਅੱਠ ਗੁਰੂ ਸਹਿਬਾਨ ਦੇ ਦਰਸ਼ਨ ਕੀਤੇ ਐਕਚੁਅਲੀ 6 ਗੁਰੂ ਸਹਿਬਾਨ ਦੇ ਦਰਸ਼ਨ ਕੀਤੇ ਅਪ ਤੋ ਗੁਰੂ ਹਰਗੋਬਿੰਦ ਜੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਜੀ ਤੱਕ ਗੁਰੂ ਸਹਿਬਾਨ ਨੂੰ ਗੁਰੂਾਈ ਦਾ ਤਿਲਕ ਲਾਇਆ ਅਤੇ ਹੋਰ ਵੀ ਬਹੁਤ ਦੇਣਾ ਸਿੱਖਾਂ ਨੂੰ ਦਿੱਤੀਆਂ ਉਹਨਾਂ ਨੇ ਗੋਇੰਦਵਾਲ ਸਾਹਿਬ ਦੀ ਬੌਲੀ ਦਾ ਅਤੇ ਅੰਮ੍ਰਿਤਸਰ ਸਰੋਵਰ ਦਾ ਪਹਿਲਾ ਟੱਕ ਲਾਇਆ। ਉਹਨਾਂ ਨੇ ਅਕਾਲ ਤਖਤ ਦੀ ਨੀਂਵ ਵੀ ਰੱਖੀ। ਜਦ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਸੰਪੂਰਨ ਕੀਤੀ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿੱਥੇ ਕੀਤਾ ਜਾਵੇ। ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਹੀ ਹੋਣਾ ਚਾਹੀਦਾ ਹੈ। ਗੁਰੂ ਅਰਜਨ ਦੇਵ ਜੀ ਨੇ ਉਸ ਜੀ ਉਸ ਉਸ ਰਾਤ ਸੁਤੇ ਨਹੀਂ ਉਹ ਤੁਸਦੇ ਫਿਰਦੇ ਸੇਵਾਦਾਰਾਂ ਦੇ ਸੁਤੇ ਚਿਹਰੇ ਦੇਖਦੇ ਰਹੇ ਬਾਬਾ ਬੁੱਢਾ ਜੀ ਦੇ ਚਿਹਰੇ ਤੇ ਜਾ ਕੇ ਅੱਖਾਂ ਟਿਕ ਗਈਆਂ ਬਾਬਾ ਬੁੱਢਾ ਜੀ ਦਾ ਚਿਹਰਾ ਦਗਦਗ ਕਰਦਾ ਸੀ ਉਹਨਾਂ ਦੇ ਚਿਹਰੇ ਤੇ ਰੋਹਾਨੀ ਨੂਰ ਚਮਕਦਾ ਸੀ ਗੁਰੂ ਅਰਜਨ ਦੇਵ ਜੀ ਨੇ ਫੈਸਲਾ ਕੀਤਾ ਕਿ ਬਾਬਾ ਬੁੱਢਾ ਜੀ ਹੀ ਸਿੱਖਾਂ ਦੇ ਪਹਿਲੇ ਗ੍ਰੰਥੀ ਬਣਨਗੇ ਸਵੇਰ ਹੋਈ ਤਾਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰਮੰਦਰ ਸਾਹਿਬ ਲੈ ਕੇ ਜਾਣ ਲਈ ਆਈਆਂ ਸਭ ਨੇ ਸੋਚਿਆ ਕਿ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆਪਣੇ ਸਿਰ ਤੇ ਚੁੱਕ ਕੇ ਲੈ ਕੇ ਜਾਣਗੇ ਪਰ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ ਬਾਬਾ ਬੁੱਢਾ ਜੀ ਅੱਗੇ ਆਏ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਾਬਾ ਬੁੱਢਾ ਜੀ ਦੇ ਸਿਰ ਤੇ ਰੱਖੀ ਅਤੇ ਆਪ ਚੌਰ ਸਾਹਿਬ ਦੀ ਸੇਵਾ ਕੀਤੀ ਸੋਹੇ ਗੁਰੂ ਅਰਜਨ ਦੇਵ ਜੀ ਐਸੇ ਬਾਬਾ ਬੁੱਢਾ ਜੀ 98 ਸਾਲ ਦੇ ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਹਰਿਮੰਦਰ ਸਾਹਿਬ ਲੈ ਕੇ ਗਏ ਗੁਰੂ ਗ੍ਰੰਥ ਸਾਹਿਬ ਨੂੰ ਪੀੜੇ ਤੇ ਰੱਖ ਕੇ ਪਿੱਛੇ ਹੋ ਗਏ ਤਾਂ ਕਿ ਗੁਰੂ ਅਰਜਨ ਦੇਵ ਜੀ ਪ੍ਰਕਾਸ਼ ਕਰ ਸਕਣ ਪਰ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਪ੍ਰਕਾਸ਼ ਕਰਨ ਲਈ ਅਤੇ ਹੁਕਮ ਲੈ ਹੁਕਮਨਾਮਾ ਲੈਣ ਲਈ ਕਿਹਾ ਇਸ ਤਰ੍ਹਾਂ ਬਾਬਾ ਬੁੱਢਾ ਜੀ ਸਿੱਖਾਂ ਦੇ ਪਹਿਲੇ ਗ੍ਰੰਥੀ ਬਣੇ ਇਸ ਐਸੇ ਦੇ ਵਿੱਚ 322 ਸ਼ਬਦ ਨੇ ਜੇ ਤੁਸੀਂ 70 ਸ਼ਬਦ 1 ਮਿੰਟ ਵਿੱਚ ਪੜ ਸਕਦੇ ਹੋ ਤੇ ਤੁਸੀਂ ਇਹ 4 4.5 ਮਿੰਟ ਵਿੱਚ ਪੜੋਗੇ ਪਾਰਟ 2 ਪਾਠ 13.2 ਗੁਰਪਿਆਰੇ ਮਹਾਪੁਰਖ ਬਾਬਾ ਬੁੱਢਾ ਜੀ ਦੀਆਂ ਦੇਣਾ ਗ੍ਰਾਮਰ ਪੁਆਇੰਟ Word pairs. Word pairs are used as figurative language. They make an impact in speaking and writing. The word pairs may be made of synonyms or opposite meaning words. Let's learn some of these words. Circle the words, word pairs um, in sentences. So here are the word pairs, meaning, and here are the sentences. Taken. Sucha, highly esteemed, truthful. Baba Buddha ji ik ucha Sucha mahapurksan. ਅੰਦਰ ਬਾਹਰ ਇਨਸਾਈਡ ਆਊਟ ਐਵੇਂ ਅੰਦਰ ਬਾਹਰ ਨਾ ਫਿਰ ਆਰਾਮ ਨਾਲ ਬਹਿ ਜਾ ਖਾਣਾ ਪੀਣਾ ਈਟ ਡਰਿੰਕ ਸਿੱਖਾਂ ਦਾ ਖਾਣਾ ਪੀਣਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤੁਰਦੇ ਫਿਰਦੇ ਵਾਕਿੰਗ ਵਾਂਡਰਿੰਗ ਗੁਰੂ ਅਰਜਨ ਦੇਵ ਜੀ ਸਾਰੀ ਰਾਤ ਤੁਰਦੇ ਫਿਰਦੇ ਰਹੇ ਉੱਠਦੇ ਬੈੰਦੇ ਗੈਟਿੰਗ ਅਪ ਸਿਟਿੰਗ ਡਾਊਨ ਸਿੱਖਾਂ ਨੂੰ ਉੱਠਦੇ ਬੈੰਦੇ ਰੱਬ ਯਾਦ ਰੱਖਣਾ ਚਾਹੀਦਾ ਹੈ ਉੱਚਾ ਨੀਵਾ ਹਾਈ ਲੋ ਸਿੱਖਾਂ ਨੂੰ ਕਿਸੇ ਨੂੰ ਉੱਚਾ ਨੀਵਾ ਨਹੀਂ ਸਮਝਣਾ ਚਾਹੀਦਾ ਸਾਫ਼ ਸੁਥਰਾ ਨੀਟ ਐਂਡ ਕਲੀਨ ਸਿੱਖਾਂ ਨੂੰ ਸਾਫ਼ ਸੁਥਰਾ ਬਣ ਕੇ ਰਹਿਣਾ ਚਾਹੀਦਾ ਹੈ ਬੱਚੇ ਬੁੱਢੇ ਚਿਲड्रन ਐਂਡ ਐਲਡਰਸ ਗੁਰਦੁਆਰੇ ਵਿੱਚ ਬੱਚੇ ਬੁੱਢੇ ਸਭ ਬਰਾਬਰ ਹਨ ਠੀਕ ਹੈ ਸੋ ਰੀਡ ਥੈਮ ਐਂਡ ਦਨ ਸਰਕਲ ਦਾ ਵਰਡ ਪੇਅਰਸ ਇਨ ði ਸੈਂਟੈਂਸਸ Here, you're going to answer these questions, match the sentences, and on Wednesday, you start a timer. Timer Shirukoro, a lake, kinne Kinemint Lage, Virwar, a part, da saar, ya, Ke baba Buddha, Jinya, Sanuki, dena, So, write four or five sentences, and that will be it. And that's our lesson for today, and I will see you next time. Until then, Vahigurji Ka Khalsa, Vahigurji Ki Fateh.